अस्सलामुअलैकुम नाजरीन, बनाम तख्त लाहौर के साथ मैं हूं दानिश भट्ट और आज हम मौजूद हैं NA-128। नाजरीन NA-128 के अभी जिस इलाके में मैं मौजूद हूं वाला सत्तार और गुजरांवाला भी इस इलाके को कहा जाता है। PP-156 है ये, यहाँ से पाकिस्तान मुस्लिम लीग नवाज़ के मलिक वहीद कामयाब हुए हैं और मियाँ इफ्तिखार को उन्होंने शिकस्त दी है। मियाँ इफ्तिखार ने 36,000 से ज़ायद वोट हासिल किए हैं जबकि मलिक वहीद जो कि मुस्लिम लीग नून के कैंडिडेट थे उन्होंने 52,000 से ज़ायद वोट हासिल किए हैं। इस तरह NA-128 में जो तीनों PPs आती हैं उस पर मुस्लिम लीग नून यहाँ से कामयाब हुई है। लोग हमारे साथ मौजूद हैं, उनसे गुफ्तगू करते हैं और जानने की कोशिश ये करते हैं हम कि मुस्लिम लीग नून यहाँ से कामयाब क्यों हुई है। सलाम अलैकुम, क्या हाल है? ठीक है। वोट पाया जी? हाँ जी। किनू? शेरनू। शेरनू? हाँ जी। शेरनू क्यों वोट पाया? बस जी असी शेरनू ही अच्छा समझने, शेर ने काम किए ने, साडू नजर आया कि सहूलत ने। अच्छा, मैं तो जाना ना सा दरबारों याद करो बह के तो 2.5 घंटे लग जाते सन मैं जाद भाई उत्थे गजू मते। अच्छा, तो 2-250 रुपया किराया लगता से, ਹੁਣ ਮੈਂ 20 ਰੁਪਈਆ ਜੇਸੀ ਬੱਸ ਦੇ ਵਿੱਚ 20 ਮਿੰਟਾਂ 'ਚ ਭਾਜੀ ਪਹੁੰਚ ਜਾਂਦਾ। ਚਲੋ ਮੈਨੂੰ ਇਹ ਦੱਸੋ ਤੁਹਾਡੇ ਇਲਾਕੇ ਦੇ ਮਸਾਇਲ ਹੱਲ ਹੋਏ ਨੇ ਪਹਿਲੇ? ਹਾਂਜੀ ਬਿਲਕੁਲ ਜੀ। ਹੁਣ ਕੋਈ ਮਸਲਾ ਨਹੀਂ ਹੈ? ਨਹੀਂ ਜੀ, ਅੱਲਾ ਦਾ ਸ਼ੁਕਰ ਹੈ, ਸੜਕਾਂ ਨਵੀਆਂ ਭਾਜੀ, ਗਲੀਆਂ ਮੱਲੇ। ਚਲੋ ਮੈਨੂੰ ਇਹ ਦੱਸੋ ਗਵਰਨਮੈਂਟ ਬਣਦੀ ਹੈ ਤਰੀਕੇ ਇਨਸਾਫ ਦੀ ਕੋਈ ਉਮੀਦ ਹੈ? ਹਾਂਜੀ, ਤਰੀਕੇ ਇਨਸਾਫ ਦੀ ਹਕੂਮਤ ਆ ਰਹੀ ਹੈ, ਉਮੀਦ ਹੈਗੀ ਉਹਨਾਂ ਕੋਈ? ਨਹੀਂ ਜੀ, ਉਹਨਾਂ ਕੋਲੋਂ ਸਾਨੂੰ ਕੋਈ ਉਮੀਦ ਨਹੀਂ, ਉਹ ਅੰਗਰੇਜ਼ ਨੇ ਭਾਜੀ ਗੋਰੇ ਨੇ, ਉਹਦੇ ਉਹ ਅੰਗਰੇਜ਼ ਨੇ, ਉਹਨਾਂ ਨੂੰ ਕੋਈ ਉਮੀਦ ਨਹੀਂ ਹੈਗੀ। ਵੋਟ ਪਾਇਆ ਸੀ ਕਿਹਨੂੰ? ਸਾਡੇ ਗਰੀਬਾਂ ਦੀ ਤਮਾਮ ਮੁਖਸ਼ ਚੀਜ਼ਾਂ ਹੈਗੀਆਂ ਨੇ, ਆਟਾ ਘਿਓ ਚੀਨੀ ਤੇਲ ਸਸਤਾ ਕੀਤਾ ਜਾਵੇ, ਬੱਤੀਆਂ ਨੀ ਚਾਹੀਦੀ ਹੈ ਸਾਨੂੰ, ਪਾਣੀ ਸਾਫ਼ ਨੀ ਮਿਲਦਾ ਪਿਆ, ਨਹੀਂ ਮਿਲਦਾ ਪਿਆ ਸਾਰਿਆਂ ਨੂੰ। ਉਸ ਤੋਂ ਇਲਾਵਾ ਸਾਨੂੰ ਪੈਟਰੋਲ ਸੀ 50 ਰੁਪਏ ਲੀਟਰ, 102 ਰੁਪਏ ਲੀਟਰ ਹੋ ਗਿਆ। ਠੀਕ ਹੈ ਜੀ। ਖਾਨ ਸਾਹਿਬ, ਆਵਾਮੀ ਮਸਾਇਲ ਹੈ, ਮਹਿੰਗਾਈ ਔਰ ਬਿਜਲੀ ਨਹੀਂ ਹੈ, ਸਾਥ ਸਾਥ ਪੈਟਰੋਲ ਦੀ ਕੀਮਤ ਵੀ ਸਸਤੀ ਚਾਹਤੇ ਹੈ। ਅਜਨ, ਕੀ ਹਾਲ ਹੈ? ਵੋਟ ਦਿਆ ਥਾ ਆਪਨੇ? ਹਾਂ ਜੀ। ਥੋੜ੍ਹਾ ਸਾ ਇੱਧਰ ਹੋ ਜਾਓ ਜ਼ਰਾ, ਐਸੇ ਐਸੇ ਯਾਰ ਕੈਮਰੇ ਕੀ ਜ਼ਰਾ। ਵੋਟ ਕਿਸੇ ਦਿਆ ਥਾ? ਨੱਬੇ ਯਾਰ ਸੋਲਾਂ ਨੱਬੇ ਯਾਰ ਸੋਲਾਂ ਹਕੂਮਤ ਮੈਂ ਤੋਂ ਨਹੀਂ ਆ ਰਹੇ, ਵੋ ਤਰੀਕੇ ਇਨਸਾਫ਼ ਕੀ ਹਕੂਮਤ ਆ ਰਹੀ ਹੈ? ਹਾਂ ਜੀ। ਕੋਈ ਹੈ ਉਮੀਦ ਉਨਸੇ ਅੱਛੀ? ਅੱਲਾ ਕਰ ਰਿਹਾ ਜੀ, ਅੱਛੀ ਆਏ ਹਕੂਮਤ। ਅੱਛਾ, ਮੈਨੂੰ ਬਤਾਇਆ ਕਿ ਨੂਨ ਲੀਗ ਯਹਾਂ ਸੇ ਜੀਤੀ ਹੈ, ਕਿਉਂ ਜੀਤੀ ਹੈ ਯਹਾਂ ਸੇ ਨੂਨ ਲੀਗ? ਨੂਨ ਲੀਗ ਕਾ ਪੰਜਾਬ ਹੈ, ਉਸਕਾ ਇਲਾਕਾ ਹਲਕਾ ਹੈ, ਇਸੀ ਵਜ੍ਹਾ ਸੇ। ਹਾਂ ਜੀ। ਚਲੇ ਜੀ, ਬਹੁਤ ਸ਼ੁਕਰੀਆ ਆਪਕਾ। ਚਾਚਾ ਜੀ, ਕੀ ਹਾਲ ਹੈ? ਤੁਸੀਂ ਵੋਟ ਪਾਇਆ ਸੀ? ਹਾਂ। ਕਿਹਨੂੰ? ਨਵਾਜ਼ ਸ਼ਰੀਫ ਨੂੰ। ਨਵਾਜ਼ ਸ਼ਰੀਫ ਨੂੰ ਕਿਉਂ ਪਾਇਆ ਵੋਟ? ਉਹ ਤਾਂ ਜੇਲ੍ਹ 'ਚ ਹੈਗਾ। ਬਸ ਸ਼ਹਿਰ ਦਾ ਤਾਂ ਹੈਗਾ ਸੀ ਨਾ, ਸ਼ਹਿਰ ਦਾ ਆ ਰਿਹਾ। ਅੱਛਾ, ਮੈਨੂੰ ਇਹ ਦੱਸੋ ਕਿ ਹੁਣ ਤਾਂ ਹਕੂਮਤ ਆ ਰਹੀ ਤੁਹਾਡੇ ਮੁਖਾਲਫ ਜਿਹੜੇ ਹੈਗੇ ਨੇ ਬੱਲੇ ਦੀ, ਕੋਈ ਉਮੀਦ ਹੈਗੀ ਚੰਗੀ ਉਹਨਾਂ ਕੋਲੋਂ? ਦੇਖੋ, ਉਮੀਦ ਤਾਂ ਕੋਈ ਨਹੀਂ ਹੈਗੀ। ਕੋਈ ਉਮੀਦ ਨਹੀਂ? ਨਹੀਂ, ਉਹਨਾਂ ਜੀ ਉਹਨੂੰ ਤਾਂ ਘਰ ਦਾ ਨਹੀਂ ਪਤਾ ਅਤੇ ਬਾਹਰ ਦਾ ਨਹੀਂ ਪਤਾ। ਬਹੁਤ ਸ਼ੁਕਰੀਆ ਤੁਹਾਡਾ ਜੀ, ਹੱਥ ਮਿਲਾ ਲਿਆ ਕਰੋ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਕਿੱਥੇ ਆ ਆਪ? ਅਲਹਮਦੁਲਿਲਾ। ਕੀ ਖਰੀਦਾ? ਸਬਜ਼ੀ ਖਰੀਦੀ ਹੈ? ਸਬਜ਼ੀ ਖਰੀਦ ਰਹੇ ਹਾਂ ਜੀ। ਸਸਤੀ ਮਿਲੀ ਹੈ, ਮਹਿੰਗੀ ਮਿਲੀ ਹੈ? ਬਹੁਤ ਮਹਿੰਗੀ, ਬਹੁਤ ਮਹਿੰਗੀ। ਉਹ ਈਦ ਆ ਰਹੀ ਨਾ, ਇਸ ਲਈ ਜ਼ਰਾ ਮਹਿੰਗੀ ਹੋ ਗਈ ਹੈ। ਨਹੀਂ, ਈਦ ਆਨੇ ਮੈਂ ਤੋ ਅਭੀ 16 ਦਿਨ ਪੜੇ ਹੈ, ਇਸ ਲਈ ਮਹਿੰਗੀ ਕਰਦੀ ਹੈ। ਅੱਛਾ, ਬਤਾਏ ਵੋਟ ਕਿਸੇ ਦਿਆ ਥਾ ਆਪਨੇ? ਮੁਸਲਿਮ ਲੀਗ ਨੂਨ ਕੋ। ਮੁਸਲਿਮ ਲੀਗ ਨੂਨ ਕੋ? ਉਸਕੀ ਕੀ ਵਜ੍ਹਾ, ਕਿਉਂ ਦਿਆ ਥਾ ਵੋਟ? ਉਸਕੋ ਪਸੰਦ ਕਰਤੇ ਹੈ, ਉਸ ਜਮਾਤ ਕੋ ਪਸੰਦ ਕਰਤੇ ਹੈ। ਅੱਛਾ, ਆਪ ਗਵਰਨਮੈਂਟ ਬਣਨੀ ਤਰੀਕੇ ਇਨਸਾਫ ਕੀ ਕੋਈ ਮੈਸੇਜ ਦੇਂਗੇ ਉਹਨੇ ਆਪ? ਨਹੀਂ, ਅਭੀ ਤੋ ਬਣਤੀ ਨਜ਼ਰ ਨਹੀਂ ਆ ਰਹੀ, ਜਬ ਬਨੇਗੀ ਤੋ ਉਸ ਵਕਤ ਕੋਈ ਕਮੈਂਟ ਵੀ ਕਰੇਂਗੇ। ਸੈਂਟਰ ਮੇਂ ਵੀ ਬਣ ਰਹੀ ਹੈ, ਪੰਜਾਬ ਮੇਂ ਵੀ ਬਣ ਰਹੀ ਹੈ। ਸੈਂਟਰ ਮੇਂ ਤੋ ਬਨੇਗੀ, ਪੰਜਾਬ ਮੇਂ ਤੋ ਅਭੀ ਕੁਛ ਨਹੀਂ ਕਹਾ ਜਾ ਸਕਦਾ। ਫਿਰ ਵੀ ਕੋਈ ਮੈਸੇਜ ਦੇਂਗੇ ਉਹਨੇ ਆਪ? ਅੱਲਾ ਬਿਹਤਰ ਕਰੇ ਉਨਕੇ ਲੀਏ। ਚਲੋ ਜੀ, ਬਹੁਤ ਸ਼ੁਕਰੀਆ ਆਪਕਾ। ਭਾਈਜਾਨ, ਕੀ ਹਾਲ ਹੈ? ਆਪਨੇ ਦਿਆ ਥਾ ਵੋਟ? ਜੀ ਹਾਂ। ਕਿਸੇ? ਸ਼ੇਰ ਕੋ। ਸ਼ੇਰ ਕੋ? ਸ਼ੇਰ ਜੀਤ ਗਿਆ, ਖੁਸ਼ ਹੈ? ਖੁਸ਼ੀ ਖੁਸ਼ ਹੈ। ਅੱਛਾ, ਸ਼ੇਰ ਨੇ ਕਾਮ ਸ਼ਮ ਕਰਾਏ ਥੇ ਆਪਕੇ ਯਹਾਂ? ਬਹੁਤ ਬਹੁਤ ਕਾਮ ਕਰਾਏ। ਅੱਛਾ, ਆਪ ਤਰੀਕੇ ਇਨਸਾਫ ਕੀ ਆ ਰਹੀ ਹਕੂਮਤ? ਅੱਲਾ ਕਰੇ ਉਹਨਾਂ ਨੂੰ, ਅੱਲਾ ਤਾਲਾ ਨੇਕ ਹਦਾਇਤ ਦੇਵੇ। ਚਲੋ, ਅੱਲਾ ਤਾਲਾ ਬਿਹਤਰੀ ਕਰੇਗੀ ਉਹਨਾਂ ਵਾਸਤੇ ਵੀ, ਸਾਡੇ ਵਾਸਤੇ ਵੀ। ਅਗਰ ਬਿਹਤਰ ਕਰ ਦਿੰਦੇ? ਬਿਹਤਰ ਕਰ ਦੇਗੇ ਤਾਂ ਫਿਰ ਆ ਜਾਣਗੇ ਉਹ? ਫਿਰ ਆ ਜਾਣਗੇ? ਹਾਂ। ਤੁਸੀਂ ਦੱਸੋ ਜੀ। ਹਾਂਜੀ, ਆ ਜਾਣਗੇ ਤੇ ਜ਼ਿੰਦਾਬਾਦ। ਤੁਹਾਨੂੰ ਵੋਟ ਕਿਹਨੂੰ ਪਾਇਆ ਸੀ? ਵੋਟ ਸ਼ੇਰ ਨੂੰ। ਸ਼ੇਰ ਨੂੰ? ਤੁਸੀਂ ਵੀ ਸ਼ੇਰ ਵਾਲੇ ਹੋ? ਹਾਂਜੀ। ਖਾਇਆ ਪਿਆ ਕਰੋ, ਕੋਈ ਸਿਹਤ ਤੁਹਾਡੀ ਬੜੀ ਮਾੜੀ ਦੀ? ਮੈਂ ਸ਼ੁਰੂ ਤੋਂ ਐਸ ਰਹੀ ਹਾਂ। ਅੱਛਾ, ਮੈਨੂੰ ਇਹ ਦੱਸੋ ਕਿ ਹੁਣ ਗਵਰਨਮੈਂਟ ਆ ਰਹੀ ਤਰੀਕੇ ਇਨਸਾਫ ਦੀ ਕੀ ਆ ਰਹੀ? ਕੋਈ ਉਮੀਦ ਹੈਗੀ ਉਹਨਾਂ ਕੋਲੋਂ? ਹਾਂਜੀ, ਉਮੀਦ ਤਾਂ ਬਹੁਤ ਹੈ, ਜਿਵੇਂ ਗੱਲਾਂ ਕਰ ਰਹੇ ਨੇ ਜੀ ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਚਲੋ, ਅਗਰ ਉਹਨਾਂ ਨੇ ਕੰਮ ਕਰਤੇ ਫਿਰ? ਲੇਕਿਨ ਫਿਰ ਬੱਲੇ ਬੱਲੇ ਹੋ ਜਾਏਗੀ ਉਹਨਾਂ ਦੀ, ਬੱਲੇ ਬੱਲੇ ਹੋ ਜਾਏਗੀ, ਫਿਰ ਵੋਟ ਉਹਨਾਂ ਦੇ ਹੋਗੇ। ਹਾਂਜੀ, ਫਿਰ ਅੱਗੇ ਤੋਂ ਵੋਟ ਉਹਨਾਂ ਦੇ। ਬਹੁਤ ਸ਼ੁਕਰੀਆ ਤੁਹਾਡਾ। ਕਹਿ ਰਹੇ ਨੇ ਜੀ ਬੱਲੇ ਬੱਲੇ ਹੋ ਜਾਏਗੀ ਅਗਰ ਬੱਲੇ ਨੇ ਕੰਮ ਕਰਤਾ ਤੇ। ਵੋਟ ਦਿਆ ਥਾ ਆਪਨੇ? ਹਾਂਜੀ। ਕਿਸ ਕੋ? PTI। PTI ਕੋ ਵੋਟ ਦਿਆ ਥਾ? ਕਿਉਂ ਦਿਆ PTI ਕੋ ਵੋਟ? ਮਰਜ਼ੀ ਬਸ। PTI ਯਹਾਂ ਸੇ ਹਾਰ ਗਈ ਹੈ ਤੋ ਕੋਈ ਬਾਤ ਨਹੀਂ, ਫਿਰ ਕਿਆ? ਕੋਈ ਬਾਤ ਨਹੀਂ ਹੈ। ਅੱਛਾ, ਜਨਾਬ ਮੈਨੂੰ ਇਹ ਬਤਾਇਆ ਕਿ ਗਵਰਨਮੈਂਟ ਜ਼ਿਆਦਾ ਚਾਂਸਸ ਹੈ ਤਰੀਕੇ ਇਨਸਾਫ ਕੀ ਪੰਜਾਬ ਮੇਂ ਬਣ ਰਹੀ ਹੈ, ਤੋ ਕਿਆ ਉਮੀਦ ਹੈ ਆਪਕੋ ਉਨਸੇ? ਕੋਈ ਮੈਸੇਜ ਦੇਂਗੇ ਆਪ?
जो भी आएगा भाई, ये जरा महंगाई कम हो जाए, बस यही है। मैं तो बस खान साहब सुन रहे हैं आपको, तो कोई बात नहीं, सुन रहे हैं बताएं कि क्या क्या काम आपके होने चाहिए। अब महंगाई तो बता दी आपने, बस बस इतना ही बात। अच्छा जी, महंगाई अगर खत्म कर दी तो इतना ही काफी है, खातून ने कहा है। खान साहब, अवामी मसाइल हैं ये, आपने हल करने हैं, महंगाई आपने कम करनी है तो फिर ही काम बनेगा। अस्सलाम वालेकुम जी, कैसी हैं आप? ठीक ठाक हैं? वोट दिया था आपने? नहीं, मैंने जाया किया था। जाया क्यों किया? क्योंकि जो भी हुकूमत आती है वो अपने पेट ही पालती है, आवाम के बारे में तो सोचती नहीं है। नहीं, हुकूमत को चांस देना चाहिए था फिर आपको। नहीं, तरीके से साहब ने भी जो तब्दीली लाई थी, तब्दीली देख ही रहे, लोड शेडिंग इतनी हो रही है। अभी तो गवर्नमेंट में नहीं आए वो, तो गवर्नमेंट में नहीं, अभी आए नहीं है, तो तब्दीली इस तरह हो रही है, लोड शेडिंग इतनी हो रही है और गुर्बत इतनी हो रही है, महंगाई इतनी होती जा रही है। अच्छा, सब्जी का देखिए क्या रेट जा रहे हैं। पुरानी गवर्नमेंट का काम था ना सारी चीजें कंट्रोल करना। आप मुझे बताएं, तरीके साहब की गवर्नमेंट अभी बनी नहीं है लेकिन बनने जा रही है, चांसेस ज्यादा उनके पंजाब में, तो कोई उम्मीद है उनसे आपको? हमें किसी से भी उम्मीद नहीं। कोई मैसेज दे देंगी? हमें यही है कि जो भी कोई आता है आवाम के बारे में जरूर सोचे, ठीक है, गरीब लोग भी हैं वो उनके बारे में सोचे, हर कोई जो भी अपनी सीट पे बैठता है वो सिर्फ अपने बारे में सोचता है, आवाम के बारे में कोई नहीं सोचता है। और जितने ये टैक्स वगैरह पढ़ रहे हैं, ये टैक्सों को जो है वो रोके, ताकि आवाम भी अपने बारे में और हुकूमत के बारे में सोचे। खान साहब, टैक्स तो आपने कम करना है और महंगाई को कंट्रोल करना है आपने। अस्सलाम वालेकुम जी। वालेकुम अस्सलाम, क्या हाल है आपके? ईमानदारी करांगा और ईमानदारी अपनी कबीना को करावांगा, इस वास्ते गल सुन के वोट पाया। पूरा पाकिस्तान दे रहे, मैसेज दोगे? मैसेज यही देंगे भी सारी कौम अल्लाह के दुआ करे, ओनू तौफीक दे भी नेक काम करे, ਅਸੀਂ ਵੀ ਖੁਸ਼ਹਾਲ ਹੋਈਏ, ਉਹ ਵੀ ਖੁਸ਼ਹਾਲ ਹੋਣ। ਜ਼ਾਲਮਾਂ ਤੋਂ ਅੱਲਾ ਨੇ ਬਚਾਇਆ, ਉਹ ਸ਼ੁਰੂ ਤੋਂ ਹੀ ਝੂਠ ਬੋਲਦੇ ਨੇ। ਅੱਛਾ, ਮੈਨੂੰ ਬਤਾਏ ਵੋਟ ਦਿਆ ਤਾਂ ਆਪਨੇ? ਹਾਂਜੀ। ਕਿਸੇ? ਨਵਾਜ਼ ਸ਼ਰੀਫ ਕੋ। ਨਵਾਜ਼ ਸ਼ਰੀਫ ਕੋ ਕਿਉਂ ਵੋਟ ਦਿਆ ਯਾਰ? ਦੀਏ ਮਾਰੀ ਮਰਜ਼ੀ। ਅੱਛਾ, ਮਰਜ਼ੀ ਮਰਜ਼ੀ ਤਾਂ ਖੈਰ ਆਪਕੀ ਹੈ, ਯਹਾਂ ਸੇ ਜਿੱਤ ਗਈ ਹੈ ਨਵਾਜ਼ ਸ਼ਰੀਫ ਕੀ ਜੋ ਜਮਾਤ ਥੀ, ਖੁਸ਼ ਹੈਂ ਆਪ? ਹਮ ਖੁਸ਼ ਹੈਂ। ਅੱਛਾ, ਗਵਰਨਮੈਂਟ ਮੰਨ ਲਈ, ਅਬ ਤਰੀਕੇ ਇਨਸਾਫ ਕੀ ਕਿਆ ਕਹੇਂਗੇ? ਦੇਖੋ ਜੀ, ਜੋ ਵੀ ਆਤਾ ਹੈ ਵੋ ਆਪਣਾ ਫਾਇਦਾ ਸੋਚਤਾ, ਹਮਾਰੇ ਲਈ ਤੋ ਕੁਛ ਨਹੀਂ ਹੈ। ਆਪਕੇ ਲਈ ਕੁਛ ਨਹੀਂ ਸੋਚਤਾ? अच्छा, जो भी आता है वो अपने लिए सोचता। तो कोई उम्मीद नहीं है तरीके इंसाफ से? अब है तो सही, अब देखो उम्मीद पे दुनिया कायम है, हम भी उसके साथ साथ ही हैं। अच्छा, अगर तरीके इंसाफ अच्छे काम कर देती है गवर्नमेंट में आके, फिर करेगी तो फायदे भी ले जाएगी जिंदगी में, हमें तो कोई फायदा नहीं है। अगर ये चलेगा अच्छा तो जिंदगी भर चलता रहेगा। ठीक है जी, अगर तरीके इंसाफ अच्छी चलेगी तो फिर जिंदगी भर चलता रहेगा, लोग वोट आपको देंगे तरीके इंसाफ वालों। अगर आपने फिर जो वादे किए हैं इमरान खान साहब, वो आपको वादे पूरे करने पड़ेंगे। और अगर आप चाहते हैं कि आपकी गवर्नमेंट रहे और आवाम में आपकी इज्जत बढ़े तो आपको काम करने होंगे। नाज़रीन, आप हमारे साथ ही मौजूद रहिएगा, हम और इलाकों में भी जाते हैं सड़क के और लोगों की राय शामिल करें।